ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਦੇ ਉੱਤੇ। ਅੱਜ ਆਪਾਂ ਡਿਸਕਸ ਕਰਾਂਗੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ BA ਸੈਮੈਸਟਰ 3 ਪਬਲਿਕ ਐਡਮਿਨਿਸਟ੍ਰੇਸ਼ਨ ਯਾਨੀ ਕਿ ਲੋਕ ਪ੍ਰਸ਼ਾਸਨ ਦਾ ਸਿਲੇਬਸ। ਲੇਟੈਸਟ ਸਿਲੇਬਸ ਹੈ ਲੇਕਿਨ ਸਾਈਟ ਦੇ ਉੱਤੇ ਪੁਰਾਣਾ ਹੀ ਸਿਲੇਬਸ ਅਪਲੋਡ ਕੀਤਾ ਹੋਇਆ ਹੈ, ਲੇਕਿਨ ਇਹ ਜਿਹੜਾ ਸਿਲੇਬਸ ਹੈ ਪਿਛਲੇ 10 ਸਾਲ ਤੋਂ ਸੇਮ ਹੀ ਚੱਲ ਰਿਹਾ ਅਤੇ ਬਹੁਤ ਹੀ ਘੱਟ ਚਾਂਸਿਸ ਹੁੰਦੇ ਨੇ ਕਿ ਇਹ ਚੇਂਜ ਹੋਵੇ। ਬੁੱਕਸ ਵਗੈਰਾ ਸਾਰੀਆਂ ਸੇਮ ਨੇ, ਠੀਕ ਹੈ। ਸੋ ਇਹ 2024-25 ਤੱਕ ਲੇਟੈਸਟ ਸਿਲੇਬਸ ਜਾਏਗਾ ਅਤੇ ਇਸ ਚੀਜ਼ ਨੂੰ ਈਅਰਸ ਜਿਹੜੇ ਦਿੱਤੇ ਨੇ ਇਹਨੂੰ ਇਗਨੋਰ ਕਰੋ। 2024-25 ਤੱਕ ਤਾਂ ਇਹ ਲੇਟੈਸਟ ਸਿਲੇਬਸ ਹੈ। ਉਸ ਤੋਂ ਬਾਅਦ ਗੱਲ ਕਰਦੇ ਹਾਂ ਕਿ ਰੈਗੂਲਰ ਸਟੂਡੈਂਟ ਵਾਲਿਆਂ ਦਾ 75 ਨੰਬਰ ਦਾ ਪੇਪਰ ਆਏਗਾ, ਇੰਟਰਨਲ ਅਸੈਸਮੈਂਟ ਉਹਨਾਂ ਦੀ 25 ਨੰਬਰ ਦੀ ਹੋਏਗੀ, ਤਾਂ ਕਰਕੇ 100 ਨੰਬਰ ਇਹਨਾਂ ਦੇ ਕੰਪਲੀਟ ਹੋਣਗੇ। ਡਿਸਟੈਂਸ ਅਤੇ ਪ੍ਰਾਈਵੇਟ ਵਾਲਿਆਂ ਦੀ ਕੋਈ ਵੀ ਇੰਟਰਨਲ ਅਸੈਸਮੈਂਟ ਨਹੀਂ ਹੁੰਦੀ, ਤਾਂ 100 ਨੰਬਰ ਦਾ ਹੀ ਇਹਨਾਂ ਨੂੰ ਕੁਸ਼ਚਨ ਪੇਪਰ ਸੈੱਟ ਹੋ ਕੇ ਆਏਗਾ। ਬਾਕੀ ਮਾਰਕਿੰਗ ਸਕੀਮਾਂ ਦਾ ਡਿਫਰੈਂਸ ਹੈ ਕਿ ਇੱਥੇ 100 ਨੰਬਰ ਦਾ ਪੇਪਰ ਆਏਗਾ ਅਤੇ ਇਹਨਾਂ ਦਾ 75 ਨੰਬਰ ਦਾ ਆਏਗਾ ਰੈਗੂਲਰ ਵਾਲਿਆਂ ਦਾ, ਇੰਨਾ ਕੁ ਡਿਫਰੈਂਸ ਹੈ। ਬਾਕੀ ਬੁੱਕਸ, ਪੈਟਰਨ, ਸਿਲੇਬਸ, ਨੋਟਸ ਵਗੈਰਾ ਸਾਰਾ ਕੁਝ ਤੁਹਾਡਾ ਸੇਮ ਹੋਏਗਾ। ਅਗਰ ਆਪਾਂ ਗੱਲ ਕਰੀਏ ਕਿ ਤੁਹਾਨੂੰ ਕਿਹੜੇ ਕਿਹੜੇ ਟੋਪਿਕਸ ਆਉਣਗੇ, ਕਿੱਦਾਂ ਪੇਪਰ ਦਾ ਸਟਰਕਚਰ ਹੋਏਗਾ, ਜਿਵੇਂ ਤੁਸੀਂ ਫਸਟ ਅਤੇ ਸੈਕਿੰਡ ਸਮੈਸਟਰ 'ਚ ਪੇਪਰ ਦਿੱਤਾ ਸੀ, ਸੇਮ ਉਵੇਂ ਹੀ 3 ਸੈਕਸ਼ਨ ਹੋਣਗੇ। ਲੌਂਗ ਕੁਸ਼ਚਨ 4 ਦੇ ਵਿੱਚੋਂ 2 ਕਰਨੇ ਨੇ, ਠੀਕ ਹੈ। ਦੋਨਾਂ ਏ ਅਤੇ ਬੀ ਸੈਕਸ਼ਨ ਦੇ ਵਿੱਚੋਂ 4-4 ਕੁਸ਼ਚਨ ਪੁੱਛੇ ਜਾਣਗੇ, ਜਿਨ੍ਹਾਂ 'ਚੋਂ ਆਪਾਂ ਨੇ 2-2 ਅਟੈਂਪਟ ਕਰਨੇ ਨੇ। ਸ਼ੋਰਟ ਜਿਹੜੇ ਕੁਸ਼ਚਨ ਨੇ ਉਹ 9 ਕੁਸ਼ਚਨ ਪੁੱਛੇ ਜਾਣਗੇ, ਜਿਹਦੇ ਵਿੱਚੋਂ ਸਾਰੇ ਹੀ ਕੰਪਲਸ਼ਨ ਹੁੰਦੀ ਹੈ ਕਿ ਸਾਰੇ ਦੇ ਸਾਰੇ ਕਰਨੇ ਨੇ। ਰੈਗੂਲਰ ਵਾਲਿਆਂ ਨੂੰ ਜਿਹੜਾ ਕੁਸ਼ਚਨ ਹੈ ਲੌਂਗ, ਏ ਸੈਕਸ਼ਨ ਦੇ ਵਿੱਚੋਂ 12 ਨੰਬਰ ਦਾ ਪੁੱਛਿਆ ਜਾਏਗਾ, ਯਾਨੀ ਕਿ 12-12-24 ਮਾਰਕਸ। ਬੀ ਦੇ ਵਿੱਚੋਂ ਵੀ 24 ਮਾਰਕਸ ਹੋ ਗਏ, ਅਤੇ ਸੀ ਸੈਕਸ਼ਨ ਦੇ ਵਿੱਚ ਜਿਹੜੇ 9 ਕੁਸ਼ਚਨ ਨੇ 3-3 ਨੰਬਰ ਦਾ 27 ਨੰਬਰ ਇੱਥੋਂ ਹੋ ਗਏ, ਤਾਂ ਇੱਥੇ ਟੋਟਲ ਤੁਹਾਡੇ 75 ਮਾਰਕਸ ਹੋ ਗਏ। ਡਿਸਟੈਂਸ ਅਤੇ ਪ੍ਰਾਈਵੇਟ ਵਾਲਿਆਂ ਨੂੰ ਵੀ 4 ਦੇ ਵਿੱਚੋਂ ਹੀ 2 ਕੁਸ਼ਚਨ ਕਰਨੇ ਨੇ, ਏ ਸੈਕਸ਼ਨ ਦੇ ਵਿੱਚੋਂ ਦੀ 16-16-32 ਨੰਬਰ ਦਾ, ਬੀ ਸੈਕਸ਼ਨ ਦੇ ਵਿੱਚੋਂ ਵੀ 32 ਨੰਬਰ ਦਾ। ਜਿਹੜਾ ਸ਼ੋਰਟ ਕੁਸ਼ਚਨ ਹੈ ਉਹ 4 ਨੰਬਰ ਦਾ ਇੱਕ ਆਏਗਾ, 36 ਨੰਬਰ ਇੱਥੋਂ ਹੋ ਜਾਣਗੇ ਸੀ ਸੈਕਸ਼ਨ ਤੋਂ। ਇੱਦਾਂ ਇਹਨਾਂ ਦੇ 100 ਮਾਰਕਸ ਕੰਪਲੀਟ ਹੋਣਗੇ ਡਿਸਟੈਂਸ ਅਤੇ ਪ੍ਰਾਈਵੇਟ ਵਾਲਿਆਂ ਦੇ। ਉਸ ਤੋਂ ਬਾਅਦ 'ਚ ਗੱਲ ਕਰਦੇ ਹੈਗੇ ਹਾਂ ਕਿ ਸੈਕਸ਼ਨ ਏ ਦੇ ਵਿੱਚ ਕਿਹੜੇ ਕਿਹੜੇ ਟੋਪਿਕ ਹੈ। ਹੁਣ ਦੇਖੋ ਤੁਹਾਨੂੰ 1-2-3-4-5 ਟੋਪਿਕਸ ਨੇ, ਕੋਈ ਵੀ 4 ਤੁਸੀਂ ਕਰ ਸਕਦੇ ਹੋ ਜਿਹੜੇ ਵੀ ਤੁਹਾਨੂੰ ਈਜ਼ੀ ਲੱਗਦੇ ਨੇ, ਲੇਕਿਨ ਸ਼ੋਰਟ ਲਈ ਤੁਹਾਨੂੰ ਸਾਰੇ ਪੜ੍ਹਨੇ ਪੈਣਗੇ। ਲੌਂਗ ਲਈ ਤੁਸੀਂ 4 ਟੋਪਿਕਸ ਜਿਹੜੇ ਨੇ, 5-4 ਟੋਪਿਕ, ਅਗਰ 4 ਟੋਪਿਕ ਹੈ ਤਾਂ 3 ਟੋਪਿਕਸ ਕੋਈ ਵੀ ਕਰ ਸਕਦੇ ਹੋ। ਹੁਣ ਆਪਾਂ ਗੱਲ ਕਰਦੇ ਹਾਂ ਕਿ ਟੋਪਿਕਸ ਕਿਹੜੇ ਕਿਹੜੇ ਨੇ। ਪਰਸੋਨਲ ਐਡਮਿਨਿਸਟ੍ਰੇਸ਼ਨ, ਕਰਮਚਾਰੀ ਵਰਗ ਪ੍ਰਸ਼ਾਸਨ, ਅਰਥ ਨੇਚਰ ਮਤਲਬ ਸੁਭਾਅ, ਸਕੋਪ ਮਤਲਬ ਵਿਸ਼ਾ ਖੇਤਰ। ਤਾਂ ਕਰਮਚਾਰੀ ਪ੍ਰਸ਼ਾਸਨ ਦਾ ਅਰਥ ਕੀ ਹੈ, ਇਸਦਾ ਸੁਭਾਅ ਕੀ ਹੈ, ਇਹਦਾ ਵਿਸ਼ਾ ਖੇਤਰ ਕੀ ਹੈ। ਸੈਕਿੰਡ ਤੁਹਾਡਾ ਜਿਹੜਾ ਹੈ ਟੋਪਿਕ ਬਣਦਾ ਸਿਵਲ ਸਰਵਿਸਿਜ਼ ਇਨ ਇੰਡੀਆ, ਭਾਰਤ ਦੇ ਵਿੱਚ ਸਿਵਲ ਸੇਵਾਵਾਂ, ਮੀਨਿੰਗ, ਫੀਚਰਸ ਐਂਡ ਰੋਲ, ਇਸਦਾ ਅਰਥ ਕੀ ਹੈ, ਵਿਸ਼ੇਸ਼ਤਾਵਾਂ ਕੀ ਹੈ, ਭਾਰਤੀ ਸਿਵਲ ਸੇਵਾਵਾਂ ਦੀਆਂ ਵਿਸ਼ੇਸ਼ਤਾਵਾਂ ਅਤੇ ਕੀ ਭੂਮਿਕਾ ਇਹ ਨਿਭਾਉਂਦਾ। ਕਲਾਸੀਫਿਕੇਸ਼ਨ, ਵਰਗੀਕਰਨ ਕੀ ਹੈ, ਮੀਨਿੰਗ, ਅਰਥ ਦੱਸੋ, ਐਡਵਾਂਟੇਜਿਸ ਐਂਡ ਡਿਸਐਡਵਾਂਟੇਜਿਸ ਮਤਲਬ ਲਾਭ ਅਤੇ ਜਿਹੜਾ ਦੋਸ਼ ਨੇ, ਗੁਣ ਅਤੇ ਦੋਸ਼ ਜਿਹੜੇ ਨੇ ਉਹ ਲਿਖਣੇ ਨੇ ਆਪਾਂ ਨੇ। ਕਲਾਸੀਫਿਕੇਸ਼ਨ ਆਫ ਸਿਵਲ ਸਰਵਿਸਿਜ਼ ਇਨ ਇੰਡੀਆ, ਭਾਰਤ ਦੇ ਵਿੱਚ ਸਿਵਲ ਸੇਵਾਵਾਂ ਦਾ ਵਰਗੀਕਰਨ, ਇਹ ਵੀ ਇੰਪੋਰਟੈਂਟ ਟੋਪਿਕ ਹੈ। ਰਿਕਰੂਟਮੈਂਟ ਯਾਨੀ ਕਿ ਭਰਤੀ ਕੀ ਹੁੰਦੀ ਹੈ, ਮੀਨਿੰਗ, ਅਰਥ, ਮੈਥਡਸ ਯਾਨੀ ਕਿ ਵਿਧੀਆਂ, ਭਰਤੀ ਕਰਨ ਦੀਆਂ ਵਿਧੀਆਂ ਜਿਹੜੀਆਂ ਨੇ, ਮੈਰਿਟਸ ਐਂਡ ਡਿਮੈਰਿਟਸ, ਗੁਣ ਅਤੇ ਦੋਸ਼। ਰਿਕਰੂਟਮੈਂਟ ਆਫ ਸਿਵਲ ਸਰਵਿਸਿਜ਼ ਇਨ ਇੰਡੀਆ, ਭਾਰਤ ਦੇ ਵਿੱਚ ਭਰਤੀ ਕਰਨ ਵਾਲੀਆਂ ਏਜੰਸੀਆਂ ਕਿਹੜੀਆਂ ਨੇ, ਸੋ ਇਹ ਕੁਐਸਚਨ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਉਸ ਤੋਂ ਬਾਅਦ 'ਚ ਗੱਲ ਕਰਦੇ ਹੈਗੇ ਹਾਂ ਸੈਕਸ਼ਨ ਬੀ 'ਚ ਕਿਹੜੇ ਕਿਹੜੇ ਟੋਪਿਕਸ ਨੇ। ਯੂਨੀਅਨ ਐਂਡ ਸਟੇਟ ਪਬਲਿਕ ਸਰਵਿਸਿਜ਼ ਕਮਿਸ਼ਨਸ, ਕੰਪੋਜੀਸ਼ਨ ਐਂਡ ਫੰਕਸ਼ਨਸ, ਕੇਂਦਰੀ ਅਤੇ ਰਾਜ ਲੋਕ ਸੇਵਾਵਾਂ ਕਮਿਸ਼ਨ ਦੀ ਬਣਤਰ ਅਤੇ ਕਾਰਜ, ਟ੍ਰੇਨਿੰਗ ਮੀਨਿੰਗ ਟਾਈਪਸ, ਟ੍ਰੇਨਿੰਗ ਸਿਸਟਮ ਇਨ ਇੰਡੀਆ, ਟ੍ਰੇਨਿੰਗ ਯਾਨੀ ਕਿ ਸਿਖਲਾਈ, ਸਿਖਲਾਈ ਦਾ ਅਰਥ, ਸਿਖਲਾਈ ਦੀਆਂ ਕਿਸਮਾਂ ਅਤੇ ਭਾਰਤ ਦੇ ਵਿੱਚ ਸਿਖਲਾਈ ਪ੍ਰਣਾਲੀ ਤੋਂ ਕੀ ਭਾਵ ਹੈ, ਸੋ ਇਹ ਇੰਪੋਰਟੈਂਟ ਟੋਪਿਕਸ ਨੇ। ਪ੍ਰਮੋਸ਼ਨ, ਪ੍ਰਮੋਸ਼ਨ ਹੁੰਦੀ ਹੈ ਤਰੱਕੀ, ਮੀਨਿੰਗ ਐਂਡ ਪ੍ਰਿੰਸੀਪਲ, ਅਰਥ ਅਤੇ ਇਸਦੇ ਸਿਧਾਂਤ, ਠੀਕ ਹੈ। ਪ੍ਰਮੋਸ਼ਨ ਯਾਨੀ ਕਿ ਤਰੱਕੀ ਦੇ ਸਿਧਾਂਤ ਅਤੇ ਪ੍ਰਕਿਰਿਆ ਇਹਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿ ਤਰੱਕੀ ਦੀ ਪ੍ਰਕਿਰਿਆ ਕਿਹੜੀ ਹੈ। ਇੰਪਲੋਇਰ ਇੰਪਲੋਈ ਰਿਲੇਸ਼ਨ, ਤਾਂ ਇੰਪਲੋਇਰ ਮਾਲਿਕ ਅਤੇ ਕਰਮਚਾਰੀ ਦੇ ਸੰਬੰਧ ਦੇ ਬਾਰੇ ਲਿਖੋ। ਜੁਆਇੰਟ ਕੰਸਲਟੇਸ਼ਨ ਮਸ਼ੀਨਰੀ,
ठीक है, जॉइंट संयुक्त कंसल्टेशन मशीनरी तो की भाव है, कंडक्ट एंड डिसिप्लिन, कंडक्ट अते डिसिप्लिन तो तुहाडा की भाव है, मनोबल तो तुहाडा की भाव है, मोरैल यानी कि आपां कह सकते हैं कि मनोबल तो तुहाडा की भाव है, उस तो बाद है करप्शन भ्रिष्टाचार कॉजिज एंड रेमेडीज। तो ये कंडक्ट अते डिसिप्लिन अते मोरैल दे विच जिहड़ा है तुहानूं डिफरेंस पूछा जा सकता है, नैतिकता दे विच, मनोबल दे विच, ठीक है। सो ये सारा क्वेश्चन भी तुहाडे इंपॉर्टेंट बनते हैं। करप्शन भ्रिष्टाचार तो की भाव है, ये कारण की ने भ्रिष्टाचार के, अते रेमेडीज यानी कि इहनूं किवें रोकिया जा सकता है। फिर एक होर क्वेश्चन भी बनता है कि भारतीय लोक सेवाओं में भ्रिष्टाचार जिहड़ा है किदां चल रहा है, किदां इसनूं रोकिया जा सकता है। नीचे तुहानूं बुक्स जिहड़ियां ने सुजैसट कीतियां गईआं कि तुसीं आह बुक पढ़ सकते हो, कदे भी एक बुक दे विचों सारा कंटेंट नहीं मिलता, तुहानूं दो तीन बुक्स परचेस करनियां पैंदियां ने। नाल ही तुसीं यूनिवर्सिटी दी साइड तो, डिस्टेंस एजुकेशन दी साइड तो जाके सिलेबस भी डाउनलोड कर सकते हो। सिलेबस बहुत ही ज़्यादा पुराना पिया, लेकिन हुण उन्होंने जिहड़े नोट्स ने आओ अपलोड करे ने बिल्कुल न्यू लेटेस्ट, ठीक है, तुसीं ओ एक्सेस कर सकते हो। वीडियो मैं ऑलरेडी चैनल दे उत्ते पाई हुई है, सो उन्हूं भी एक्सेस कर सकते हो, उन्हूं देख के तुसीं किद्दां डाउनलोड करने ने स्टडी मटीरियल वो भी तुसीं कर सकते हो। टैलीग्राम का भी लिंक मैं डिस्क्रिप्शन बॉक्स च दे दाँगी, उसनों भी तुसीं ज्वाइन कर सकते हो, उत्थे मैं काफ़ी सारे नोट्स पीडीएफ लिंक्स अपडेट्स मैं पाउंदी रहिंदी हाँ। सो ये सारियां बुक्स ने जिहड़ियां तुसीं फॉलो कर सकते हो, सारियां बुक्स जिहड़ियां ने बहुत ही ज़्यादा इंपॉर्टेंट ने। लेकिन अगर आप गल करिए एस पी वर्मा की, एस के शर्मा की कंपैरेटिव पब्लिक एडमिनिस्ट्रेशन काफ़ी सारे टॉपिक्स ने, सुरेंद्र कटारिया की परसोनल एडमिनिस्ट्रेशन दे हिंदी मीडियम च है, सो ये भी काफ़ी सारे टॉपिक्स तुहानूं मिल जाएंगे। बाकी यूनिवर्सिटी की साइड के उत्ते जो तुसीं एक्सेस करोगे तो सारे के सारे नोट्स जिहड़े ने दो यूनिट थोड़े को अपलोड हो जाएंगे। सो मिलते हैं आप नवे वीडियो के नाल, थैंक यू सो मच।